ਇੱਕ ਬੰਦੇ ਨੂੰ ਅੱਲਾ ਹਜ਼ਾਰ ਸਾਲ ਜ਼ਿੰਦਗੀ ਦੇਵੇ, ਇੱਕ ਬੰਦੇ ਨੂੰ ਅੱਲਾ ਹਜ਼ਾਰ ਸਾਲ ਉਮਰ ਦੇਵੇ, ਹਜ਼ਾਰ ਸਾਲ ਜ਼ਿੰਦਗੀ ਦੇ ਅੰਦਰ ਉਹ ਨੇਕੀਆਂ ਹੀ ਕਰਦਾ ਰਵੇ, ਹਜ਼ਾਰ ਸਾਲ ਜ਼ਿੰਦਗੀ ਦੇ ਅੰਦਰ ਉਹ ਨਮਾਜ਼ਾਂ ਪੜ੍ਹਦਾ ਰਵੇ, ਹਜ਼ਾਰ ਸਾਲ ਜ਼ਿੰਦਗੀ ਦੇ ਅੰਦਰ ਉਹ ਰੋਜ਼ੇ ਰੱਖਦਾ ਰਵੇ, ਹਜ਼ਾਰ ਸਾਲ ਜ਼ਿੰਦਗੀ ਦੇ ਅੰਦਰ ਉਹ ਨਫਲ ਪੜ੍ਹਦਾ ਰਵੇ, ਹਜ਼ਾਰ ਸਾਲ ਜ਼ਿੰਦਗੀ ਦੇ ਅੰਦਰ ਸਦਕੇ ਕਰਦਾ ਰਵੇ, ਹਜ਼ਾਰ ਸਾਲ ਜ਼ਿੰਦਗੀ ਦੇ ਅੰਦਰ ਬੰਦੇ ਨੇ ਕੋਈ ਗੁਨਾਹ ਨਾ ਕੀਤਾ ਹੋਵੇ ਅਤੇ ਹਰ ਨੇਕੀ ਕਰਦਾ ਰਿਹਾ ਹੋਵੇ ਅਤੇ ਕਿੰਨੀਆਂ ਨੇਕੀਆਂ ਜਮ੍ਹਾਂ ਹੋ ਜਾਣਗੀਆਂ, ਬੰਦੇ ਨੂੰ ਫਜ਼ੀਲਤ ਕਿੰਨੀ ਮਿਲ ਜਾਏਗੀ। ਅਤੇ ਦੂਏ ਪਾਸੇ ਉਹ ਲੋਕ ਨੇ ਜਿੰਨਾ ਕੁਝ ਟਾਈਮ ਚੰਦ ਲੰਮੇ ਚੰਦ ਘੜੀਆਂ ਚੰਦ ਵਕਤ ਮੇਰੇ ਮਹਬੂਬ ਨਬੀ ਦੇ ਚਿਹਰੇ ਤੇ ਨਜ਼ਰਾਂ ਪਾਈਆਂ ਨੇ, ਇਹ ਕਮੈਂਟ ਮੇਰੇ ਨਬੀ ਦੇ ਚਿਹਰੇ ਨੂੰ ਵੇਖਣਾ ਹਜ਼ਾਰ ਸਾਲ ਦੀ ਇਬਾਦਤ ਪਿੱਛੇ ਹੋ ਜਾਏਗੀ, ਮੇਰੇ ਮਹਬੂਬ ਦੇ ਚਿਹਰੇ ਨੂੰ ਤੱਕਣਾ ਜ਼ਿਆਦਾ ਫਜ਼ੀਲਤ ਵਾਲੀ ਗੱਲ ਹੈ। ਮੇਰੇ ਨਬੀ ਨੂੰ ਤੱਕਣਾ ਹਜ਼ਾਰ ਸਾਲ ਦੀ ਇਬਾਦਤ ਇੱਕ ਪਾਸੇ ਅਤੇ ਮਹਬੂਬ ਦੇ ਚਿਹਰੇ ਅਨਵਰ ਨੂੰ ਤੱਕਣਾ ਇਹ ਫਜ਼ੀਲਤ ਇੱਕ। ਸੁਭਾਨ ਹਾਏ ਮੇਰੇ ਪਿਆਰੇ ਭਾਈਓ, ਬਣੀ ਸ਼ਾਨ ਬੜਾ ਮੱਕਾ ਬਣੀ ਅਸਮਤ, ਹਾਂ ਹਾਂ ਦੁਨੀਆਂ 'ਤੇ ਦੋ ਬੜੇ ਸੋਹਣੇ ਆਏ ਨੇ, ਦੁਨੀਆਂ 'ਤੇ ਦੋ ਬੜੇ ਹੁਸੀਨੋ ਜਮੀਲ ਆਏ ਨੇ, ਦੁਨੀਆਂ 'ਤੇ ਦੋ ਸੋਹਣੇ ਆਏ ਨੇ, ਇੱਕ ਯੂਸਫ ਅਲੈ ਸਲਾਮ ਆਏ ਨੇ ਅਤੇ ਇੱਕ ਮੇਰੇ ਸੋਹਣੇ ਨਬੀ ਮੁਹੰਮਦ ਆਏ ਨੇ। ਯੂਸਫ ਅਲੈ ਸਲਾਮ ਦਾ ਮਸ਼ਹੂਰ ਹੈ, ਅੱਲਾ ਨੇ ਇੰਨਾ ਹੁਸਨ ਦਿੱਤਾ ਹੈ, ਅੱਧੀ ਦੁਨੀਆਂ ਨੂੰ ਇੱਕ ਹੁਸਨ ਦਿੱਤਾ ਹੈ, ਅੱਧੀ ਦੁਨੀਆਂ ਦਾ ਹੁਸਨ ਚੁੱਕ ਕੇ ਅੱਲਾ ਨੇ ਯੂਸਫ ਅਲੈ ਸਲਾਮ ਨੂੰ ਦਿੱਤਾ ਹੈ, ਲੇਕਿਨ ਜਿੰਨਾ ਯੂਸਫ ਅਲੈ ਸਲਾਮ ਨੂੰ ਥੱਕਿਆ ਹੈ ਉਹਨਾਂ ਪੂਰੇ ਕੱਟੇ ਨੇ, ਜਿੰਨਾ ਮੇਰੇ ਸੁਣੇ ਨਬੀ ਮੁਹੰਮਦ ਨੂੰ ਵੇਖਿਆ ਉਹ ਬੰਦੇ ਪੂਰੇ ਕੱਟ ਗਏ ਨੇ, ਉਹ ਪੂਰੇ ਹੀ ਕੱਟ ਗਏ ਨੇ, ਜਾਨਾਂ ਫਿਦਾ ਕਰ ਗਏ ਨੇ। ਹਾਂ ਜਿੰਨਾ ਜਿਹੜਾ ਬੰਦਾ ਉਸਨੇ ਯੂਸਫ ਵੇਖ ਲਵੇ ਉਹ ਮਦਹੋਸ਼ ਹੋ ਗਈਆਂ ਖਾਣ, ਮਿਸਰ ਦੀਆਂ ਔਰਤਾਂ ਬੇਹੋਸ਼ ਹੋ ਗਈਆਂ ਖਾਣ, ਲੇਕਿਨ ਜਿੰਨਾ ਮੇਰੇ ਸੁਣੇ ਨਬੀ ਮੁਹੰਮਦ ਦਾ ਹੁਸਨ ਵੇਖਿਆ ਹੈ ਉਹ ਬੇਹੋਸ਼ ਨਹੀਂ ਹੋਈਆਂ ਨੇ, ਬਲਕਿ ਉਹਨਾਂ ਨੂੰ ਤਾਂ ਹੋਸ਼ਾਂ ਗਈਆਂ, ਉਹਨਾਂ ਨੂੰ ਤਾਂ ਹੋਸ਼ ਆ ਗਈਆਂ, ਜਿਹੜੇ ਰਹਿਜ਼ਾਨ ਆਣ ਉਹ ਰਹਿਬਰ ਬਣ ਗਏ, ਜਿਹੜੇ ਲੁਟੇਰੇ ਆਣ ਹਿਫਾਜ਼ਤ ਕਰਨ ਵਾਲੇ ਬਣ ਗਏ, ਜਿਹੜੇ ਬੇਟੀਆਂ ਦੇ ਹੱਕ ਨਹੀਂ ਦਿੰਦੇ ਆਣ, ਬੇਟੀਆਂ ਨੂੰ ਜ਼ਿੰਦਾ ਦਰਗੋਰ ਕਰਦੇ ਆਣ, ਉਹ ਬੇਟੀਆਂ ਨੂੰ ਹੱਕ ਦੇਵਣ ਵਾਲੇ ਬਣ ਗਏ ਨੇ। ਪਤਾ ਚੱਲਿਆ ਜਦੋਂ ਮੇਰੇ ਸੋਹਣੇ ਨਬੀ ਮੁਹੰਮਦ ਦਾ ਹੁਸਨ ਵੇਖਿਆ ਏ ਉਹ ਮਦਹੋਸ਼ ਨਹੀਂ ਹੋਏ ਨੇ, ਬਲਕਿ ਸਾਰੇ ਬੰਦਿਆਂ ਨੂੰ ਹੋਸ਼ ਆ ਗਈ ਹੈ।